ਤੁਸੀਂ ਦੇਖ ਸਕਦੇ ਹੋ ਕਿ ਇਹ ਮਸ਼ੀਨ ਹੈ, ਇਸ ਵਿੱਚ ਗੰਨਾ ਜਿਹੜਾ ਲਗਾਇਆ ਜਾ ਰਿਹਾ ਅਤੇ ਉਸ ਤੋਂ ਬਾਅਦ ਉਸਦਾ ਜੋ ਰਸ ਹੈ ਉਹ ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ ਬਾਹਰ ਜਿਹੜਾ ਆਉਂਦਾ ਹੈ। ਇਸ ਜੂਸ ਨੂੰ ਜੋ ਹੈ ਹੋਰ ਕਈ ਤਰੀਕੇ ਨਾਲ ਤਿਆਰ ਕਰਕੇ ਜਿਹੜਾ ਇਹਦਾ ਸ਼ੇਕ ਵੀ ਬਣਾਇਆ ਜਾਂਦਾ ਹੈ। ਲੁਧਿਆਣੇ ਵਿੱਚ ਸਪੈਸ਼ਲ ਸ਼ੇਕ ਜਿਹੜਾ ਇੱਥੇ ਤਿਆਰ ਕੀਤਾ ਜਾਂਦਾ, ਕਿਧਰੇ ਉਹ ਲੁਧਿਆਣੇ ਦੇ ਵਿੱਚ ਇਹ ਚੀਜ਼ ਆ ਸਾਨੂੰ ਨਜ਼ਰ ਨਹੀਂ ਆਈ। ਕਿੰਨਾ ਸਮਾਂ ਹੋ ਗਿਆ ਵੀਰੇ ਤੁਹਾਨੂੰ ਲਗਾਏ ਹੋਏ? ਭਾਅ ਜੀ ਤਕਰੀਬਨ 1.5 ਮਹੀਨਾ ਹੋ ਗਿਆ ਜੀ। 1.5 ਮਹੀਨੇ ਤੋਂ ਇਹ ਕੰਮ ਕਰ ਰਹੇ ਹੋ, ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਤੁਸੀਂ? ਭਾਅ ਜੀ ਇਸ ਤੋਂ ਪਹਿਲਾਂ ਮਾਰਕੀਟਿੰਗ ਦਾ ਕੰਮ ਸੀ ਜੀ ਆਪਣਾ ਜੀ। ਅੱਛਾ, ਹਾਂਜੀ। ਪੜ੍ਹਾਈ ਕਿੰਨੀ ਕੀਤੀ ਹੋਈ ਹੈ? ਭਾਅ ਜੀ ਪੜ੍ਹਾਈ ਤਾਂ ਜੀ ਕਾਫੀ ਕੀਤੀ ਹੋਈ ਹੈ ਜੀ। ਹਾਂਜੀ ਗ੍ਰੈਜੂਏਸ਼ਨ ਤੋਂ ਇਲਾਵਾ ਜੀ 2 ਕੋਰਸਿਸ ਵੀ ਕੀਤੇ ਹੋਏ ਆ ਜੀ। ਚੰਗੀ ਨੌਕਰੀ ਵੀ ਮਿਲ ਸਕਦੀ ਸੀ ਤੁਹਾਨੂੰ, ਅਤੇ ਤੁਸੀਂ ਫਿਰ ਨੌਕਰੀ ਥੋੜ੍ਹੀ ਬਹੁਤ ਕੀਤੀ ਵੀ ਦੱਸ ਰਹੇ ਸੀ, ਮਾਰਕੀਟਿੰਗ ਦੀ ਨੌਕਰੀ ਕੀਤੀ ਅਤੇ ਉਸ ਤੋਂ ਬਾਅਦ ਤੁਸੀਂ ਆਪਣੀ ਇਹ ਕਾਰਟ ਲਗਾਈ, ਕੀ ਇਹੋ ਜਿਹੀ ਲੋੜ ਪੈ ਗਈ ਕੁਰਸੀ ਵਾਲਾ ਵਾਈਟ ਕੋਲਰ ਕੰਮ ਵੀ ਕਰ ਸਕਦੇ? ਭਾਅ ਜੀ ਵਾਈਟ ਕੋਲਰ ਕੰਮ 'ਚ ਕੋਈ ਦਿੱਕਤ ਤਾਂ ਨਹੀਂ ਹੈਗੀ, ਲੇਕਿਨ ਜਿਹੜਾ ਆਪਣਾ ਕੰਮ ਹੁੰਦਾ ਜੀ ਉਹ ਆਪਣਾ ਹੁੰਦਾ ਜੀ। ਵਧੀਆ ਲੱਗਦਾ, ਅਸੀਂ ਵੈਸੇ ਹੀ ਨਹੀਂ ਖਾਂਦੇ ਬਾਹਰੋਂ, ਮਤਲਬ ਕਿ ਬਾਹਰ ਜਿਹੜੇ ਰੇਹੜੀਆਂ ਤੋਂ, ਅਤੇ ਕਿਤੇ ਸਾਨੂੰ ਅਸੀਂ ਆਪ ਦੇਖਦੇ ਹਾਂ ਕਿ ਕਿਤੇ ਸਹੀ ਕੋਈ ਸਿੰਗ ਕੋਈ ਬਣਾਉਂਦਾ ਹੋਵੇ ਅਤੇ ਅਸੀਂ ਉੱਥੋਂ ਛਕੀਏ। ਲੱਗਦਾ ਫਿਰ ਉੱਥੇ ਘਰ ਵਰਗੀ ਚੀਜ਼ ਮਿਲੇਗੀ? ਹਾਂਜੀ ਹਾਂਜੀ, ਸਾਫ਼ ਸੁਥਰੀ ਅਤੇ ਹਾਂਜੀ ਸਾਫ਼ ਸੁਥਰੀ ਅਤੇ ਘਰ ਵਾਲੀ ਚੀਜ਼। ਰੇਹੜੀਆਂ 'ਤੇ ਜਿਹੜੀਆਂ ਮਸ਼ੀਨਾਂ ਲਗਾਈਆਂ ਗਈਆਂ ਹੁੰਦੀਆਂ ਹੱਥ ਨਾਲ ਜਾਂ ਮਸ਼ੀਨ ਲਗਾ ਕੇ ਉਸ ਨਾਲ ਰਸ ਕੱਢਿਆ ਜਾਂਦਾ, ਉਸ ਵਿੱਚ ਤਾਂ ਤੁਹਾਡੀ ਆ ਜਿਹੜੀ ਮਸ਼ੀਨ ਆ ਹਾਈਜੈਨਿਕ, ਇਹਦੇ ਵਿੱਚ ਕੀ ਫ਼ਰਕ ਹੈ? ਭਾਅ ਜੀ ਇਹ ਤਾਂ ਮਸ਼ੀਨ ਦਾ ਫ਼ਰਕ ਇਹ ਹੈ ਜੀ, ਇਸ ਵਿੱਚ ਗੰਨਾ 1 ਵਾਰ ਵੱਧ ਤੋਂ ਵੱਧ 2 ਵਾਰ ਹੀ ਪੈਂਦਾ ਜੀ। ਉਹਦਾ ਖਾਸ ਗੱਲ ਇਹ ਹੋ ਜਾਂਦੀ ਜੀ, ਉਹ ਸਿਰਫ ਗੰਨੇ ਦਾ ਰਸ ਹੀ ਖਿੱਚਦੀ ਹੈਗੀ ਜੀ, ਇਹਦਾ ਇਲਾਕੇ ਬਾਕੀ ਲੋਕ ਡੀਜ਼ਲ ਬੇਲਣ ਲੱਗੇ ਹੋਏ ਨੇ ਜੀ, ਉਹ 5-6 ਵਾਰ ਪਾਉਂਦੇ ਆ ਜੀ, ਉਹ ਛਿਲਕੇ ਦਾ ਰਸ ਵੀ ਵਿੱਚ ਹੀ ਮਿਕਸ ਹੋ ਜਾਂਦਾ ਜੀ। ਬਸ ਇਸੇ ਗੱਲ ਕਰਕੇ ਸਾਡਾ ਜਿਹੜਾ ਗੰਨੇ ਦਾ ਰਸ ਦਾ ਸਵਾਦ ਵੱਖਰਾ ਹੈ, ਉਹ ਲੋਕ ਇਸ ਕਰਕੇ ਸਾਨੂੰ ਪਿਆਰ ਵੀ ਦੇ ਰਹੇ ਨੇ ਜੀ। ਇੱਥੇ ਆਉਣ ਦਾ ਇੱਕ ਇਹ ਵੀ ਬਹੁਤ ਵੱਡਾ ਰੀਜ਼ਨ ਹੈ ਜੀ, ਆਪਾਂ ਜਿਵੇਂ ਪ੍ਰਵਾਸੀਆਂ ਕੋਲੋਂ ਖਾਂਦੇ ਪੀਂਦੇ ਹਾਂ, ਉਹ ਗੰਦੇ ਮੰਦੇ ਹੱਥ ਲਗਾਉਂਦੇ ਨੇ, ਵਿੱਚ ਹੀ ਤੰਬਾਕੂ ਯੂਜ਼ ਕਰਦੇ ਨੇ, ਸਾਰਾ ਕੁਛ ਖਾਂਦੇ ਪੀਂਦੇ ਨੇ, ਨਾ ਹੀ ਉਹ ਸਫਾਈ ਦਾ ਧਿਆਨ ਰੱਖਦੇ ਨੇ। ਆਪਾਂ ਨੂੰ ਭਰੋਸਾ ਵੀ ਆਪਣਾ, ਚਲੋ ਪੰਜਾਬੀ ਭਰਾ ਹੈ, ਦੂਜੀ ਗੱਲ ਅੰਮ੍ਰਿਤਧਾਰੀ ਹੈ, ਵੀ ਸਾਫ਼ ਸੁਥਰੇ ਤਰੀਕੇ ਨਾਲ ਹੀ ਤਿਆਰ ਕਰੇਗਾ ਜਿਹੜੀ ਵੀ ਚੀਜ਼ ਸਾਨੂੰ ਚਖਾਏਗਾ, ਹੈ ਨਾ। ਇਸ ਤਰ੍ਹਾਂ ਦਾ ਰਿਸਪੋਂਸ ਮਿਲ ਰਿਹਾ, ਤੁਸੀਂ ਦੱਸ ਰਹੇ ਹੋ 2-3 ਮਹੀਨੇ ਹੋ ਗਏ ਤੁਹਾਨੂੰ ਇੱਥੇ ਲਗਾਏ, ਰਿਸਪੋਂਸ ਕਿਹੋ ਜਿਹਾ ਆ ਰਿਹਾ? ਭਾਅ ਜੀ ਰਿਸਪੋਂਸ ਤਾਂ ਵਧੀਆ ਆ ਰਿਹਾ ਜੀ, ਜੋ ਲੋਕ ਪਿਆਰ ਦੇ ਰਹੇ ਆ, ਕਿਉਂਕਿ ਸਾਡਾ ਜਿਹੜਾ ਕੰਮ ਹੈਗਾ ਜੀ ਉਹ ਪ੍ਰੋਪਰ ਹਾਈਜੀਨ ਹੈ ਜੀ, ਸਾਫ਼ ਸੁਥਰਾ ਹੈ ਜੀ, ਉਹਨੂੰ ਦੇਖ ਕੇ ਲੋਕ ਉਤਸ਼ਾਹਿਤ ਹੁੰਦੇ ਆ ਜੀ। ਅਤੇ ਉਹ ਇਹ ਜੂਸ ਜਿਵੇਂ ਕੱਢ ਲਿਆ, ਇਸ ਤੋਂ ਬਾਅਦ ਮਿਕਸੀ ਦੇ ਵਿੱਚ ਕੀ ਮਤਲਬ ਕਿਸ ਤਰ੍ਹਾਂ ਦਾ ਕੋਈ ਹੋਰ ਤਿਆਰ ਕਰਦੇ ਹੋ ਵੱਖਰਾ ਜੂਸ? ਭਾਅ ਜੀ ਜਿੱਦਾਂ ਅਸੀਂ ਹੁਣ ਹਰ ਮੇਕੋ ਤੁਸੀਂ ਦੇਖਿਆ ਹੋਣਾ ਜੀ, ਗੰਨੇ 'ਚ ਸ਼ੇਕ ਵੀ ਹੈਗੇ ਨੇ ਅਲੱਗ ਅਲੱਗ ਤਰ੍ਹਾਂ ਦੇ, ਸੋ ਆਪਾਂ ਪਹਿਲਾਂ ਰਸ ਕੱਢ ਲਈਦਾ ਜੀ, ਜੇ ਕਿਸੇ ਨੇ ਸਿੰਪਲ ਪੀਣਾ ਤਾਂ ਨਿੰਬੂ ਅਤੇ ਪੁਦੀਨਾ ਔਰ ਮਿਕਸੀ ਮਿਕਸ ਕਰ ਲਈਦਾ ਜੀ, ਜੇ ਕਿਸੇ ਨੇ ਸ਼ੇਕ ਪੀਣਾ ਤਾਂ ਉਹ ਵੀ ਸਾਰਾ ਮਿਕਸੀ 'ਚ ਹੀ ਸਾਰਾ ਤਿਆਰ ਹੋਊਗਾ ਜੀ। ਕਿਲੇ ਕਿਲੇ ਸ਼ੇਕ ਤੁਸੀਂ ਬਣਾਉਂਦੇ ਅਸੀਂ ਦੇਖ ਰਹੇ ਹਾਂ ਅਤੇ ਭਾਅ ਜੀ ਮੇਰੇ ਕੋਲ ਮੈਂਗੋ ਪਾਈਨਐਪਲ ਸਟ੍ਰੋਬੈਰੀ, ਉਸ ਤੋਂ ਇਲਾਵਾ ਜੀ ਆਪਣੇ ਕੋਲ ਆਪਣਾ ਬਟਰ ਸਕੋਚ ਆ ਜਾਂਦਾ ਜੀ, ਕੌਫੀ ਆ ਜਾਂਦੀ ਹੈ ਜੀ, ਆਮਲੇ ਵਾਲਾ ਆ ਜਾਂਦਾ ਜੀ, ਚੋਕਲੇਟ ਵਾਲਾ ਆ ਜਾਂਦਾ ਜੀ। ਤੁਸੀਂ ਦੇਖਿਆ ਕਿ ਲੁਧਿਆਣੇ ਵਿੱਚ ਹੋਰ ਕਿਧਰੇ ਇਸ ਤਰ੍ਹਾਂ ਦੀ ਕੋਈ ਕਾਰਟ ਨਹੀਂ ਲੱਗਦੀ ਜਾਂ ਹੋਰ ਕਿਧਰੇ ਇਸ ਤਰ੍ਹਾਂ ਦਾ ਜੂਸ ਮਿਲਦਾ ਦੇਖਿਆ ਨਹੀਂ? ਹਾਂਜੀ ਭਾਅ ਜੀ ਇਹ ਇੱਕ ਤਰ੍ਹਾਂ ਦਾ ਜੀ ਨਵਾਂ ਕੰਸੈਪਟ ਹੀ ਹੈ ਜੀ, ਇਹ ਐਕਚੁਲੀ ਤੁਸੀਂ ਜੇ ਕੋਈ ਮੇਰਾ ਭਾਈ ਭੈਣ ਬਾਹਰ ਗਿਆ ਹੋਊਗਾ ਦੁਬਈ ਜਾਂ USA, ਉਹਨਾਂ ਨੇ ਦੇਖਿਆ ਹੋਊਗਾ ਜੀ, ਉੱਥੇ ਮੌਲ 'ਚ ਇੱਦਾਂ ਦੇ ਕੰਸੈਪਟ ਬਹੁਤ ਜ਼ਿਆਦਾ ਚੱਲਦੇ ਨੇ, ਵਿਕਦੇ ਨੇ ਜੀ, ਉਹ ਲੋਕ ਹੈਵੀ ਡਿਮਾਂਡ 'ਚ ਪੀਂਦੇ ਨੇ ਵੀ ਜੀ। ਕਈ ਸ਼ਰਮ ਕਰਦੇ ਨੇ, ਹੁਣ ਵੀ ਸ਼ਰਮ ਕਰਦੇ ਨੇ ਕਿ ਨਹੀਂ ਬਈ ਮੈਂ ਸੜਕ 'ਤੇ ਖਲੋ ਕੇ ਪੜ੍ਹਿਆ ਲਿਖਿਆ ਕੰਮ ਨਹੀਂ ਕਰ ਸਕਦਾ? ਦੇਖੋ ਜੀ ਕੰਮ ਕਰਨ 'ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ, ਆਪਾਂ ਦੇਖੋ ਚੋਰੀ ਨਹੀਂ ਕਰ ਰਹੇ ਜੀ, ਨਸ਼ਾ ਨਹੀਂ ਵੇਚ ਰਹੇ ਜੀ, ਆਪਾਂ ਮਿਹਨਤ ਕਰ ਰਹੇ ਹਾਂ ਜੀ, ਮਿਹਨਤ ਕਰਕੇ ਆਪਾਂ ਆਪਣੀ ਰੋਟੀ ਖਾਣੀ ਹੈ ਅਤੇ ਆਪਣਾ ਘਰ ਚਲਾਉਣਾ ਜੀ, ਅਤੇ ਇਹ 'ਚ ਕੋਈ ਸ਼ਰਮ ਦੀ ਗੱਲ ਨਹੀਂ ਹੈਗੀ ਜੀ। ਅੱਤ ਦੀ ਗਰਮੀ ਪੈ ਰਹੀ ਹੈ ਅਤੇ ਇਸ ਵੇਲੇ ਆਪਣੇ ਸਰੀਰ ਨੂੰ ਠੰਡਾ ਕਰਨ ਲਈ ਲੋਕ ਜੋ ਹੈ ਵੱਖ ਵੱਖ ਤਰ੍ਹਾਂ ਦੇ ਜੂਸ ਪੀਂਦੇ ਨੇ, ਕੋਲਡ ਡਰਿੰਕ ਪੀਂਦੇ ਨੇ, ਅਤੇ ਲੇਕਿਨ ਇੱਥੇ ਇੱਕ ਵੀਰ ਨੇ ਜੋ ਹੈ ਖਾਸ ਤੌਰ ਦੀ ਕਾਰਟ ਲਗਾਈ ਹੈ ਜਿਸ ਵਿੱਚ ਗੰਨੇ ਦਾ ਰਸ ਜਿਹੜਾ
ਵਿਸ਼ੇਸ਼ ਤੌਰ 'ਤੇ ਜਿਹੜੀ ਖਾਸ ਤੌਰ 'ਤੇ ਇੱਕ ਮਸ਼ੀਨ ਜਿਹੜੀ ਉਹਨਾਂ ਵੱਲੋਂ ਖਰੀਦੀ ਗਈ ਹੈ, ਉਸ ਨਾਲ ਗੰਨੇ ਦਾ ਰਸ ਕੱਢਿਆ ਜਾਂਦਾ ਉਹਦੇ ਵਿੱਚ। ਉਸ ਤੋਂ ਬਾਅਦ ਜੋ ਹੈ ਮਿਕਸੀ ਦੇ ਵਿੱਚ ਹੋਰ ਜਿਹੜੇ ਸਵਾਦਿਸ਼ਟ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਪਾ ਕੇ ਇੱਕ ਸ਼ੇਕ ਵੀ ਤਿਆਰ ਕੀਤੇ ਜਾਂਦੇ ਨੇ। ਇਹ ਕਾਰਟ ਜਿਹੜੀ ਲਗਾਈ ਗਈ ਹੈ ਮਾਡਲ ਟਾਊਨ ਲੁਧਿਆਣਾ ਦੇ ਵਿੱਚ ਖੜ੍ਹੇ ਹਾਂ, ਟਿਊਸ਼ਨ ਮਾਰਕੀਟ ਦੇ ਬਾਹਰ ਜਿਹੜੀ ਇਹ ਕਾਰਟ ਉਹਨਾਂ ਵੱਲੋਂ ਲਗਾਈ ਗਈ ਹੈ। ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਕਾਰਟ ਹੈ, ਅਤੇ ਗ੍ਰਾਹਕ ਵੀ ਜਿਹੜੇ ਨੇ ਲਗਾਤਾਰ ਇੱਥੇ ਆ ਰਹੇ ਨੇ। ਇਹ ਦੇਖ ਸਕਦੇ ਹੋ ਤੁਸੀਂ ਗੰਨੇ ਜਿਹੜੇ ਨੇ, ਇਸ ਤਰ੍ਹਾਂ ਦੇ ਗੰਨੇ ਜਿਹੜੇ ਬਾਹਰੋਂ ਮੰਗਾ ਕੇ ਉਹ ਖਾਸ ਤੌਰ 'ਤੇ ਇੱਕ ਮਸ਼ੀਨ ਜਿਹੜੀ ਹੈ ਉਸ ਵਿੱਚ ਪਾ ਕੇ ਜਿਹੜਾ ਉਸਦਾ ਰਸ ਕੱਢਿਆ ਜਾਂਦਾ ਹੈ। ਇੱਧਰ ਤੁਸੀਂ ਦੇਖ ਸਕਦੇ ਹੋ ਕਿ ਇਹ ਮਸ਼ੀਨ ਹੈ, ਇਸ ਵਿੱਚ ਗੰਨਾ ਜਿਹੜਾ ਲਗਾਇਆ ਜਾ ਰਿਹਾ, ਅਤੇ ਉਸ ਤੋਂ ਬਾਅਦ ਉਸਦਾ ਜੋ ਰਸ ਹੈ ਉਹ ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ ਬਾਹਰ ਜਿਹੜਾ ਆਉਂਦਾ ਹੈ। ਇਸ ਜੂਸ ਨੂੰ ਜੋ ਹੈ ਹੋਰ ਕਈ ਤਰੀਕੇ ਨਾਲ ਤਿਆਰ ਕਰਕੇ ਜਿਹੜਾ ਇਹਦਾ ਸ਼ੇਕ ਵੀ ਬਣਾਇਆ ਜਾਂਦਾ ਹੈ। ਲੁਧਿਆਣੇ ਵਿੱਚ ਸਪੈਸ਼ਲ ਸ਼ੇਕ ਜਿਹੜਾ ਇੱਥੇ ਤਿਆਰ ਕੀਤਾ ਜਾਂਦਾ, ਕਿਧਰੇ ਉਹ ਲੁਧਿਆਣੇ ਦੇ ਵਿੱਚ ਇਹ ਚੀਜ਼ ਸਾਨੂੰ ਨਜ਼ਰ ਨਹੀਂ ਆਈ। ਵੀਰ ਨਾਲ ਗੱਲਬਾਤ ਕਰਾਂਗੇ। ਵੀਰੇ ਕੀ ਨਾਂ ਹੈ ਆਪਣਾ? ਭਾਜੀ ਜਸਵਿੰਦਰ ਸਿੰਘ ਜੀ। ਕਿੰਨਾ ਸਮਾਂ ਹੋ ਗਿਆ ਵੀਰੇ ਤੁਹਾਨੂੰ ਲਗਾਏ ਹੋਏ? ਭਾਜੀ ਤਕਰੀਬਨ ਡੇਢ ਮਹੀਨਾ ਹੋ ਗਿਆ ਜੀ। ਡੇਢ ਮਹੀਨੇ ਤੋਂ ਇਹ ਕੰਮ ਕਰ ਰਹੇ ਹੋ, ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਤੁਸੀਂ? ਭਾਜੀ ਇਸ ਤੋਂ ਪਹਿਲਾਂ ਮਾਰਕੀਟਿੰਗ ਦਾ ਕੰਮ ਸੀ ਜੀ ਆਪਣਾ ਜੀ। ਅੱਛਾ, ਹਾਂਜੀ। ਪੜ੍ਹਾਈ ਕਿੰਨੀ ਕੀਤੀ ਹੋਈ ਹੈ? ਭਾਜੀ ਪੜ੍ਹਾਈ ਤਾਂ ਜੀ ਕਾਫੀ ਕੀਤੀ ਹੋਈ ਹੈ ਜੀ। ਹਾਂਜੀ ਗ੍ਰੈਜੂਏਸ਼ਨ ਤੋਂ ਇਲਾਵਾ ਜੀ ਦੋ ਕੋਰਸਿਸ ਵੀ ਕੀਤੇ ਹੋਏ ਆ ਜੀ। ਅੱਛਾ, ਹਾਂਜੀ। ਕਾਫੀ ਪੜ੍ਹਾਈ ਕਰਨ ਤੋਂ ਬਾਅਦ ਚੰਗੀ ਨੌਕਰੀ ਵੀ ਮਿਲ ਸਕਦੀ ਸੀ ਤੁਹਾਨੂੰ, ਅਤੇ ਤੁਸੀਂ ਫਿਰ ਨੌਕਰੀ ਥੋੜ੍ਹੀ ਬਹੁਤ ਕੀਤੀ ਵੀ ਦੱਸ ਰਹੇ ਸੀ, ਮਾਰਕੀਟਿੰਗ ਦੀ ਨੌਕਰੀ ਕੀਤੀ, ਅਤੇ ਉਸ ਤੋਂ ਬਾਅਦ ਤੁਸੀਂ ਆਪਣੀ ਇਹ ਕਾਰਟ ਲਗਾਈ ਕਿ ਇਹੋ ਜਿਹੀ ਲੋੜ ਪੈ ਗਈ ਕੁਰਸੀ ਵਾਲਾ ਵਾਈਟ ਕੋਲਰ ਕੰਮ ਵੀ ਕਰ ਸਕਦੇ? ਭਾਜੀ ਵਾਈਟ ਕੋਲਰ ਕੰਮ 'ਚ ਕੋਈ ਦਿੱਕਤ ਤਾਂ ਨਹੀਂ ਹੈਗੀ, ਲੇਕਿਨ ਜਿਹੜਾ ਆਪਣਾ ਕੰਮ ਹੁੰਦਾ ਜੀ ਉਹ ਆਪਣਾ ਹੁੰਦਾ ਜੀ, ਕਿਉਂਕਿ ਹਰ ਬੰਦਾ ਚਾਹੁੰਦਾ ਜੀ ਅਸੀਂ ਤਰੱਕੀ ਕਰੀਏ, ਔਰ ਤਰੱਕੀ ਦਾ ਰਾਹ ਆਪਣੇ ਕੰਮ 'ਚ ਜ਼ਿਆਦਾ ਹੁੰਦਾ ਜੀ। ਹਾਂਜੀ, ਕਿਸ ਤਰ੍ਹਾਂ ਦਾ ਰਿਸਪੋਂਸ ਮਿਲਿਆ? ਤੁਸੀਂ ਦੱਸ ਰਹੇ ਹੋ 2-3 ਮਹੀਨੇ ਹੋ ਗਏ ਤੁਹਾਨੂੰ ਇੱਥੇ ਲਗਾਏ, ਰਿਸਪੋਂਸ ਕਿਹੋ ਜਿਹਾ ਆ ਰਿਹਾ? ਭਾਜੀ ਰਿਸਪੋਂਸ ਤਾਂ ਵਧੀਆ ਆ ਰਿਹਾ ਜੀ, ਜੋ ਲੋਕ ਪਿਆਰ ਦੇ ਰਹੇ ਆ, ਕਿਉਂਕਿ ਸਾਡਾ ਜਿਹੜਾ ਕੰਮ ਹੈਗਾ ਜੀ ਉਹ ਪ੍ਰੋਪਰ ਹਾਈਜੀਨ ਹੈ ਜੀ, ਸਾਫ਼ ਸੁਥਰਾ ਹੈ ਜੀ, ਉਹਨੂੰ ਦੇਖ ਕੇ ਲੋਕ ਉਤਸ਼ਾਹਿਤ ਹੁੰਦੇ ਆ ਜੀ, ਅਤੇ ਉਹ ਆ ਕੇ ਸਾਨੂੰ ਰੇੜਿਆਂ 'ਤੇ ਜਿਹੜੀਆਂ ਮਸ਼ੀਨਾਂ ਲਗਾਈਆਂ ਗਈਆਂ ਹੁੰਦੀਆਂ ਹੱਥ ਨਾਲ ਜਾਂ ਮਸ਼ੀਨ ਲਗਾ ਕੇ ਉਸ ਨਾਲ ਰਸ ਕੱਢਿਆ ਜਾਂਦਾ, ਉਸ ਵਿੱਚ ਤੁਹਾਡੀ ਆ ਜਿਹੜੀ ਮਸ਼ੀਨ ਆ ਹਾਈਜੈਨਿਕ, ਇਹਦੇ ਵਿੱਚ ਕੀ ਫ਼ਰਕ ਹੈਗਾ? ਭਾਜੀ ਇਹ ਤਾਂ ਮਸ਼ੀਨ ਦਾ ਫ਼ਰਕ ਇਹ ਹੈ ਜੀ, ਇਸ ਵਿੱਚ ਗੰਨਾ ਇੱਕ ਵਾਰ ਵੱਧ ਤੋਂ ਵੱਧ 2 ਵਾਰ ਹੀ ਪੈਂਦਾ ਜੀ। ਉਹਦਾ ਖਾਸ ਗੱਲ ਇਹ ਹੋ ਜਾਂਦੀ ਜੋ ਸਿਰਫ ਗੰਨੇ ਦਾ ਰਸ ਹੀ ਖਿੱਚਦੀ ਹੈਗੀ ਜੀ, ਜਿਹਦਾ ਬਾਕੀ ਲੋਕ ਡੀਜ਼ਲ ਇੰਜਨ ਵੇਲਣ ਲੱਗੇ ਹੋਏ ਨੇ ਜੀ, ਉਹ 5-6 ਵਾਰ ਪਾਉਂਦੇ ਆ ਜੀ, ਉਹ ਛਿਲਕੇ ਦਾ ਰਸ ਵੀ ਵਿੱਚ ਹੀ ਮਿਕਸ ਹੋ ਜਾਂਦਾ ਜੀ। ਬਸ ਇਸੇ ਗੱਲ ਕਰਕੇ ਸਾਡਾ ਜਿਹੜਾ ਗੰਨੇ ਦਾ ਰਸ ਦਾ ਸਵਾਦ ਵੱਖਰਾ, ਉਹ ਲੋਕ ਇਸ ਕਰਕੇ ਸਾਨੂੰ ਪਿਆਰ ਵੀ ਦੇ ਰਹੇ ਨੇ ਜੀ। ਤੁਸੀਂ ਇਹ ਜੂਸ ਜਿਵੇਂ ਕੱਢ ਲਿਆ, ਇਸ ਤੋਂ ਬਾਅਦ ਮਿਕਸੀ ਦੇ ਵਿੱਚ ਕੀ ਮਤਲਬ ਕਿਸ ਤਰ੍ਹਾਂ ਦਾ ਕੋਈ ਹੋਰ ਤਿਆਰ ਕਰਦੇ ਹੋ ਵੱਖਰਾ ਜੂਸ? ਭਾਜੀ ਜਿੱਦਾਂ ਅਸੀਂ ਹੁਣ ਹਰ ਮੇਰੇ ਕੋਲ ਤੁਸੀਂ ਦੇਖਿਆ ਹੋਣਾ ਜੀ, ਗੰਨੇ 'ਚ ਸ਼ੇਕ ਵੀ ਹੈਗੇ ਨੇ ਅਲੱਗ ਅਲੱਗ ਤਰ੍ਹਾਂ ਦੇ। ਸੋ ਪਹਿਲਾਂ ਰਸ ਕੱਢ ਲਈਦਾ ਜੀ, ਜੇ ਕਿਸੇ ਨੇ ਸਿੰਪਲ ਪੀਣਾ ਤਾਂ ਨਿੰਬੂ ਅਤੇ ਪੁਦੀਨਾ ਔਰ ਮਿਕਸੀ ਮਿਕਸ ਕਰ ਲਈਦਾ ਜੀ, ਜੇ ਕਿਸੇ ਨੇ ਸ਼ੇਕ ਪੀਣਾ ਤਾਂ ਉਹ ਵੀ ਸਾਰਾ ਮਿਕਸੀ 'ਚ ਹੀ ਸਾਰਾ ਤਿਆਰ ਹੋਊਗਾ ਜੀ। ਕਿਲੇ ਕਿਲੇ ਸ਼ੇਕ ਤੁਸੀਂ ਬਣਾਉਂਦੇ? ਅਸੀਂ ਦੇਖ ਰਹੇ ਹਾਂ ਅਤੇ ਜਿਹੜੇ ਬੋਤਲਾਂ ਵੱਖ ਵੱਖ ਤਰੀਕੇ ਦੀਆਂ ਹੈਗੀਆਂ, ਕਿਹੜੇ ਸ਼ੇਕ ਤਿਆਰ ਕਰਦੇ? ਭਾਜੀ ਮੇਰੇ ਕੋਲ ਮੈਂਗੋ ਪਾਈਨਐਪਲ ਸਟ੍ਰੋਬੈਰੀ, ਉਸ ਤੋਂ ਇਲਾਵਾ ਜੀ ਆਪਣੇ ਕੋਲ ਆਪਣਾ ਬਟਰ ਸਕੋਚ ਆ ਜਾਂਦਾ ਜੀ, ਕੌਫੀ ਆ ਜਾਂਦੀ ਹੈ ਜੀ, ਆਮਲੇ ਵਾਲਾ ਆ ਜਾਂਦਾ ਜੀ, ਚੋਕਲੇਟ ਵਾਲਾ ਆ ਜਾਂਦਾ ਜੀ। ਅਸੀਂ ਦੇਖਿਆ ਕਿ ਲੁਧਿਆਣੇ ਵਿੱਚ ਹੋਰ ਕਿਧਰੇ ਇਸ ਤਰ੍ਹਾਂ ਦੀ ਕੋਈ ਕਾਰਟ ਨਹੀਂ ਲੱਗਦੀ ਜਾਂ ਹੋਰ ਕਿਧਰੇ ਇਸ ਤਰ੍ਹਾਂ ਦਾ ਜੂਸ ਮਿਲਦਾ, ਦੇਖਿਆ ਨਹੀਂ? ਹਾਂਜੀ ਭਾਅ ਜੀ ਇਹ ਇੱਕ ਤਰ੍ਹਾਂ ਦਾ ਜੀ ਨਵਾਂ ਕਨਸੈਪਟ ਹੀ ਹੈ ਜੀ। ਇਹ ਐਕਚੁਲੀ ਤੁਸੀਂ ਜੇ ਕੋਈ ਮੇਰਾ ਭਾਈ ਭੈਣ ਬਾਹਰ ਗਿਆ ਹੋਊਗਾ ਦੁਬਈ ਜਾਂ USA, ਉਹਨਾਂ ਨੇ ਦੇਖਿਆ ਹੋਊਗਾ ਜੀ, ਉੱਥੇ ਮੌਲ 'ਚ ਇੱਦਾਂ ਦੇ ਕਨਸੈਪਟ ਬਹੁਤ ਜ਼ਿਆਦਾ ਚੱਲਦੇ ਨੇ, ਵਿਕਦੇ ਨੇ ਜੀ, ਉਹ ਲੋਕ ਹੈਵੀ ਡਿਮਾਂਡ 'ਚ ਪੀਂਦੇ ਨੇ ਵੀ ਜੀ। ਅਤੇ ਵੱਖ ਵੱਖ ਸਵਾਦ ਤੁਸੀਂ ਇੱਥੇ ਖਲੋ ਕੇ ਜੋ ਹੈ ਲੋਕਾਂ ਨੂੰ ਦੇ ਰਹੇ ਹੋ, ਇੱਧਰ ਤਸਵੀਰਾਂ ਵੀ ਤੋਂ ਦਿਖਾ ਸਕਦੇ ਹੋ, ਇਹ ਕੀ ਚੀਜ਼ ਪਾਈ? ਇਹ ਭਾਜੀ ਨਿੰਬੂ ਪਾਇਆ ਜੀ। ਨਿੰਬੂ ਪਾਇਆ? ਹਾਂਜੀ। ਅੱਛਾ, ਇਸ ਤੋਂ ਬਾਅਦ ਇਹਨੂੰ ਮਿਕਸੀ ਚਲਾ ਕੇ ਹੋਰ ਵੀ ਕੁਝ ਪਾਇਆ ਜਾਏਗਾ ਕਿ ਖਾਲੀ ਨਿੰਬੂ? ਭਾਜੀ ਨਿੰਬੂ ਅਤੇ ਪੁਦੀਨਾ ਹੁੰਦਾ, ਇਸ ਟਾਈਮ ਪੁਦੀਨਾ ਮੇਰੇ ਕੋਲ ਖਤਮ ਹੋ ਗਿਆ ਹੋਇਆ ਜੀ, ਪੁਦੀਨੇ ਦਾ ਵੀ ਆਪਾਂ ਮਿਕਸ ਕਰਕੇ ਅਤੇ ਉਹਦਾ
ਲਿਕੁਇਡ ਤਿਆਰ ਕਰ ਲਈਦਾ ਜੀ ਅਤੇ ਉਹ ਪਾਈਦਾ ਜੀ ਤਾਂ ਕਿ ਜਿਹੜਾ ਕਸਟਮਰ ਸਾਡਾ ਉਹਨੂੰ ਨਿੰਬੂ ਪੁਦੀਨਾ ਅਤੇ ਦੋਨਾਂ ਦਾ ਰਸ ਮਿਕਸ ਮਿਲੇ ਜੀ, ਸਵਾਦ ਮਿਲੇ ਜੀ। ਜਿਸ ਤਰ੍ਹਾਂ ਦੀ ਡਿਮਾਂਡ ਕਰਦਾ ਗ੍ਰਾਹਕ ਉਸ ਤਰ੍ਹਾਂ ਦੀ ਤੁਸੀਂ ਤਿਆਰ ਕਰਕੇ ਦਿੰਦੇ ਹੋ, ਕੀ ਕੁਛ ਰੇਟ ਵਿੱਚ ਵੀ ਕੋਈ ਫਰਕ ਹੈ ਤੁਹਾਡਾ, ਕੁਝ ਜ਼ਿਆਦਾ ਘੱਟ ਕੁਛ? ਨਹੀਂ ਭਾਅ ਜੀ, ਜੋ ਲੋਕ ਨੋਰਮਲ ਗਲਾਸ 20-30 ਦੇ ਰਹੇ ਮੇਰਾ ਵੀ ਉਹੀ ਹੈ ਜੀ, ਜਦਕਿ ਮੇਰਾ ਹਾਲੇ ਸਾਫ਼ ਸੁਥਰਾ ਔਰ ਹਾਈਜੀਨ ਹੈ ਜੀ। 20 ਰੁਪਏ? ਹਾਂਜੀ 20 ਰੁਪਏ। ਸ਼ੇਕ ਵਗੈਰਾ ਜਿਹੜੇ ਬਣਾਉਂਦੇ ਹੋ ਭਾਅ ਜੀ, ਉਹ 40 or 50 ਹੋ ਜਾਂਦਾ ਜੀ। ਅੱਛਾ ਹਾਂਜੀ। ਰਿਸਪੋਂਸ ਦੀ ਗੱਲ ਕਰੀਏ, ਕਿਸ ਤਰ੍ਹਾਂ ਦਾ ਰਿਸਪੋਂਸ ਮਿਲਿਆ, ਕਿਉਂਕਿ ਇਹ ਟਿਊਸ਼ਨ ਮਾਰਕੀਟ ਹੈ, ਯੂਥ ਬਹੁਤ ਆਉਂਦਾ ਇੱਥੇ? ਹਾਂਜੀ ਭਾਅ ਜੀ, ਯੂਥ ਹਾਲੇ ਦਾ ਰਿਸਪੋਂਸ ਠੀਕ ਹੈ ਜੀ, ਲੇਕਿਨ ਜਿਹੜੇ ਆਪਣੇ ਦੂਜੇ ਭਾਈ ਹੈਗੇ ਨੇ ਜਿਹੜੇ ਜੋਬ ਕਰ ਰਹੇ ਨੇ ਉਹਨਾਂ ਦਾ ਰਿਸਪੋਂਸ ਬਹੁਤ ਵਧੀਆ ਆ ਰਿਹਾ, ਕਿਉਂਕਿ ਅਲੱਗ ਚੀਜ਼ ਡਿਫਰੈਂਟ ਚੀਜ਼ ਮਿਲ ਰਹੀ ਹੈ, ਕਿਉਂਕਿ ਲੋਕਾਂ ਨੇ ਸ਼ੇਕ ਮਿਲਕ ਸ਼ੇਕ ਤਾਂ ਬਹੁਤ ਪੀਤੇ ਹੋਣਗੇ ਜੀ, ਲੇਕਿਨ ਜਿਹੜਾ ਆਪਣਾ ਸ਼ੇਕ ਬਣਦਾ ਜੀ ਉਹ ਕੁਝ ਡਿਫਰੈਂਟ ਸਵਾਦ ਆਉਂਦਾ ਜੀ, ਤਾਂ ਉਹ ਲੋਕ ਪਸੰਦ ਵੀ ਕਰਦੇ ਪਏ ਨੇ। ਬਿਲਕੁਲ, ਤੁਸੀਂ ਗ੍ਰਾਹਕ ਜਿਹੜੇ ਖੜ੍ਹੇ ਆ ਪਹਿਲਾਂ ਨਾਲ ਨਾਲ ਉਹਨੂੰ ਸਰਵ ਵੀ ਕਰ ਸਕਦੇ ਹੋ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਗੰਨੇ ਜਿਹੜੇ ਨੇ, ਇਹ ਦੇਖੋ ਸਾਫ਼ ਸੁਥਰੇ ਗੰਨੇ ਜਿਹੜੇ ਨੇ, ਇਹਦਾ ਸਟੋਰ ਕੀਤੇ ਹੋਏ ਨੇ, ਸਟੋਰ ਜਿਹੜਾ ਮਸ਼ੀਨ ਦੇ ਅੰਦਰ ਹੀ ਇੱਕ ਸਟੋਰ ਰੂਮ ਵੀ ਬਣਿਆ ਹੈ ਜਿੱਥੇ ਇਸ ਤਰ੍ਹਾਂ ਦੇ ਸਾਫ਼ ਸੁਥਰੇ ਗੰਨੇ ਲਿਆ ਕੇ ਰੱਖੇ ਜਾਂਦੇ ਨੇ। ਉਸ ਤੋਂ ਬਾਅਦ ਉਹਨਾਂ ਦਾ ਜੂਸ ਕੱਢਿਆ ਜਾਂਦਾ, ਜੂਸ ਕੱਢਣ ਤੋਂ ਬਾਅਦ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੁਦੀਨੇ ਵਾਲਾ ਤਾਂ ਜਿਹੜਾ ਕਾਲਾ ਨੂਨ ਜਿਹੜਾ ਪਾ ਕੇ ਤਿਆਰ ਕੀਤਾ ਗਿਆ, ਨਿੰਬੂ ਜਿਹੜਾ ਪਾ ਕੇ ਤਿਆਰ ਕੀਤਾ ਗਿਆ, ਕਿਉਂਕਿ ਜਿਸ ਤਰ੍ਹਾਂ ਦੀ ਗ੍ਰਾਹਕ ਦੀ ਡਿਮਾਂਡ ਹੁੰਦੀ ਹੈ ਉਸ ਤਰ੍ਹਾਂ ਦੇ ਜੋ ਹੈ ਆਈਟਮ ਤਿਆਰ ਕਰਕੇ ਉਹਨਾਂ ਨੂੰ ਦਿੱਤੇ ਜਾਂਦੇ ਨੇ, ਅਤੇ ਕਾਫ਼ੀ ਅੱਛਾ ਰਿਸਪੋਂਸ ਇਹਨਾਂ ਨੂੰ ਮਿਲਦਾ ਹੈ, ਕਿਉਂਕਿ ਵੱਖਰੀ ਚੀਜ਼ ਜਿਹੜੀ ਹੈ, ਸਾਫ਼ ਸੁਥਰੀ ਜਿਹੜੀ ਹੈ, ਹਾਈਜੈਨਿਕ ਜਿਹੜੀ ਚੀਜ਼ ਹੈ, ਉਹ ਜਿਹੜੀ ਇਹਨਾਂ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਜੋ ਹੈ ਕੀ ਚੀਜ਼ ਪਾ ਰਹੇ ਹੋ ਤੁਸੀਂ, ਕਿਹੜਾ ਆਈਟਮ ਤਿਆਰ ਕਰ ਰਹੇ ਹੋ? ਆਪਾਂ ਜੀ ਸਟ੍ਰੋਬੇਰੀ ਦਾ ਸ਼ੇਕ ਤਿਆਰ ਕਰ ਰਹੇ ਹਾਂ ਜੀ, ਸਟ੍ਰੋਬੇਰੀ ਦਾ ਕਰਸ਼ ਪਾਇਆ ਜੀ ਆਪਾਂ। ਅੱਛਾ ਹਾਂਜੀ, ਕਿੰਨਾ ਕੁ ਰੇਟ ਹੈ ਇਸਦਾ? ਇਹ ਭਾਅ ਜੀ ਲਾਰਜ ਗਲਾਸ ਹੈ, 50 ਦਾ ਹੋਵੇਗਾ ਜੀ। ਗੰਨੇ ਦੇ ਜੂਸ ਵਿੱਚ ਇਹ ਚੀਜ਼ ਵੱਖਰੀ ਜਿਹੀ ਆਈਟਮ ਨਹੀਂ ਲੱਗ ਰਹੀ ਕਿ ਪਹਿਲਾਂ ਤਾਂ ਲੋਕ ਪਹਿਲਾਂ ਤੋਂ ਜਾਣਦੇ ਨੇ ਕਿ ਹੁਣ ਮਤਲਬ ਜਾਣਨ ਲੱਗੇ ਨੇ ਲੁਧਿਆਣੇ ਦੇ ਖਾਸ ਤੌਰ 'ਤੇ? ਭਾਅ ਜੀ ਜੇ ਚੀਜ਼ ਹੋਏਗੀ ਪਹਿਲੀ ਵਾਰ ਤਾਂ ਜਾਣਨ ਪਹਿਲੇ ਨਾਲ ਲੱਗਣਗੇ ਜੀ ਸਾਰੇ ਜੀ, ਸੋ ਇਸ ਕਰਕੇ ਇਹ ਚੀਜ਼ ਹੀ ਪਹਿਲੀ ਹੈ ਜੀ, ਕੰਸੈਪਟ ਹੀ ਪਹਿਲਾਂ ਜੀ, ਆਪਣੇ ਆਪਣੇ ਲੁਧਿਆਣੇ 'ਚ ਪਹਿਲਾ ਕੰਸੈਪਟ ਹੈ ਜੀ ਇਹ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਮਿਕਸੀ ਦੇ ਵਿੱਚ ਗੰਨੇ ਦੇ ਜੂਸ ਵਿੱਚ ਇੱਕ ਵੱਖਰਾ ਸ਼ੇਕ ਜਿਹੜਾ ਤਿਆਰ ਕੀਤਾ ਜਾ ਰਿਹਾ, ਜਿਹੜਾ ਲੋਕਾਂ ਨੂੰ ਕਾਫ਼ੀ ਪਸੰਦ ਵੀ ਆ ਰਿਹਾ, ਅਤੇ ਲਗਾਤਾਰ ਜਿਹੜੇ ਇੱਥੇ ਗ੍ਰਾਹਕ ਆ ਰਹੇ ਨੇ ਉਹ ਵੱਖ ਵੱਖ ਸਵਾਦ ਦੇ ਜਿਹੜੇ ਸ਼ੇਕ ਨੇ ਉਹ ਉਸਦੀ ਡਿਮਾਂਡ ਕਰਦੇ ਨੇ, ਅਤੇ ਵੀਰ ਵੱਲੋਂ ਉਹ ਤਿਆਰ ਕੀਤੇ ਜਾਂਦੇ ਨੇ। ਕੁਛ ਗ੍ਰਾਹਕ ਵੀ ਜਿਹੜੇ ਨੇ ਇਸ ਸਮੇਂ ਰੇੜੀ 'ਤੇ ਮੌਜੂਦ ਨੇ, ਕਾਰਟ 'ਤੇ ਆਏ ਨੇ। ਇੱਕ ਛੋਟਾ ਜਿਹਾ ਬੱਚਾ ਦੇਖੋ ਤੁਸੀਂ, ਬੜਾ ਪਿਆਰਾ ਜਿਹਾ ਸਿੱਖ ਹੈ ਸਾਡਾ, ਵੀਰੇ ਕੀ ਨਾਮ ਹੈ ਬੱਚੇ? ਹਰਲੀਪ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਫਤਿਹ, ਇਹ ਬੱਚੇ ਦੀ ਦੇਖ ਰਹੇ ਹੋ ਤੁਸੀਂ, ਸਿੱਖੀ ਨਾਲ ਜੁੜਿਆ, ਮਾਂ ਪਿਓ ਜੋ ਹੈ ਪੂਰੇ ਸਿੱਖੀ ਵੇਸ਼ਭੂਸ਼ਾ ਵਿੱਚ ਇੱਥੇ ਆਏ ਨੇ। ਵੀਰੇ ਕੀ ਖਾਸ ਲੱਗਦਾ, ਕਿਉਂਕਿ ਇੱਕ ਨੌਜਵਾਨ ਪੰਜਾਬੀ ਨੌਜਵਾਨ ਜਿਹੜਾ ਇੱਥੇ ਕਾਠ ਲਗਾ ਰਹੇ ਨੇ, ਇੱਕ ਵੱਖਰਾ ਤਰੀਕੇ ਦਾ ਜੂਸ ਜਿਹੜਾ ਵੇਚ ਰਹੇ ਨੇ ਗੰਨੇ ਦਾ ਬਣਾ ਕੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇੱਥੇ ਆਉਣ ਦਾ ਇੱਕ ਇਹ ਵੀ ਬਹੁਤ ਵੱਡਾ ਰੀਜ਼ਨ ਹੈ ਜੀ, ਆਪਾਂ ਜਿਵੇਂ ਪ੍ਰਵਾਸੀਆਂ ਕੋਲੋਂ ਖਾਂਦੇ ਪੀਂਦੇ ਹਾਂ, ਉਹ ਗੰਦੇ ਮੰਦੇ ਹੱਥ ਲਗਾਉਂਦੇ ਨੇ, ਵਿੱਚ ਹੀ ਤੰਬਾਕੂ ਯੂਜ਼ ਕਰਦੇ ਨੇ, ਸਾਰਾ ਕੁਛ ਖਾਂਦੇ ਪੀਂਦੇ ਨੇ, ਨਾ ਹੀ ਉਹ ਸਫਾਈ ਦਾ ਧਿਆਨ ਰੱਖਦੇ ਨੇ। ਆਪਾਂ ਨੂੰ ਭਰੋਸਾ ਵੀ ਆਪਣਾ, ਚਲੋ ਪੰਜਾਬੀ ਭਰਾ, ਦੂਜੀ ਗੱਲ ਅੰਮ੍ਰਿਤਧਾਰੀ ਹੈ, ਵੀ ਸਾਫ਼ ਸੁਥਰੇ ਤਰੀਕੇ ਨਾਲ ਹੀ ਤਿਆਰ ਕਰੇਗਾ, ਜਿਹੜੀ ਵੀ ਚੀਜ਼ ਸਾਨੂੰ ਚਖਾਏਗਾ, ਹੈ ਨਾ। ਅਤੇ ਵੈਸੇ ਵੀ ਆਪਾਂ ਨੂੰ ਇੱਥੇ ਪੰਜਾਬੀਆਂ ਨੂੰ ਸਪੋਰਟ ਕਰਨਾ ਚਾਹੀਦਾ, ਤਾਂ ਕਿ ਜਿਹੜੇ ਪੰਜਾਬੀ ਬੱਚੇ ਨੇ ਉਹ ਆਇਲਸ ਕਰਕੇ ਬਾਹਰ ਭੱਜੀ ਜਾ ਰਹੇ ਨੇ, ਬਾਹਰ ਜਾ ਕੇ ਭਾਵੇਂ ਲੇਬਰ ਕਰ ਰਹੇ ਨੇ, ਇੱਥੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ। ਜੇ ਆਪਾਂ ਇੱਥੇ ਇਹਨਾਂ ਨੂੰ ਸਪੋਰਟ ਕਰਾਂਗੇ ਪੰਜਾਬੀ ਬੱਚਿਆਂ ਨੂੰ, ਤਾਂ ਇੱਥੇ ਹੀ ਉਹਨਾਂ ਨੂੰ ਰੁਜ਼ਗਾਰ ਮਿਲੇਗਾ, ਤਾਂ ਬਾਹਰ ਜਾਣ ਦੀ ਲੋੜ ਹੀ ਨਹੀਂ ਪਵੇਗੀ, ਆਪਾਂ ਆਪਣੇ ਪੇਰੈਂਟਸ ਦੇ ਕੋਲ ਹੀ ਰਵਾਂਗੇ ਹਮੇਸ਼ਾ, ਕੋਈ ਦੁੱਖ ਸੁੱਖ ਦੇ ਨਾਲ ਆਪਾਂ ਉਹਨਾਂ ਦੇ ਨਾਲ ਵਰਤ ਸਕਾਂਗੇ। ਤਾਂ ਕਿ ਚਲੋ ਇਹ ਵੀਰ 'ਤੇ ਕੰਮ ਕਰ ਰਿਹਾ ਹੁਣ, ਕਾਫ਼ੀ ਕੁਛ ਮਤਲਬ ਪਰਿਵਰਤਨ, ਕੁਛ ਚੇਂਜ ਆਇਆ ਪੰਜਾਬ ਦੇ ਵਿੱਚ, ਕਿ ਨੌਜਵਾਨ ਜਿਹੜੇ ਨੌਕਰੀਆਂ ਕਰ ਸਕਦੇ ਨੇ, ਵੱਡੀਆਂ ਨੌਕਰੀਆਂ ਕਰ ਸਕਦੇ ਨੇ, ਪੜ੍ਹੇ ਲਿਖੇ ਵੀ ਨੇ,
ਉਹ ਜਿਹੜਾ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ, ਕਹਿੰਦੇ ਇਹਦੇ ਵਿੱਚ ਸਾਨੂੰ ਸੰਤੁਸ਼ਟੀ ਹੈ ਕਿਉਂਕਿ ਕਮਾਈ ਵੀ ਵਧੀਆ ਹੋ ਰਹੀ ਹੈ ਅਤੇ ਘਰਾਂ ਦੇ ਵਿੱਚ ਰਹਿੰਦੇ ਹਾਂ ਅਸੀਂ, ਟਾਈਮ 'ਤੇ ਘਰ ਜਾਂਦੇ ਹਾਂ, ਘਰ ਟਾਈਮ 'ਤੇ ਆਉਂਦੇ ਹਾਂ। ਅਤੇ ਇਸ ਤਰ੍ਹਾਂ ਦੇ ਜਿਹੜੇ ਪੰਜਾਬੀ ਵੀਰ ਨੇ ਉਹਨਾਂ ਨੂੰ, ਹੋਰ ਜਿਹੜੇ ਪੰਜਾਬੀ ਭਰਾ ਨੇ ਜਿਹੜੇ ਘਰ ਬੈਠੇ ਕੰਮ ਨਹੀਂ ਕਰ ਰਹੇ ਜਾਂ ਸ਼ਰਮਾਉਂਦੇ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਕੰਮ ਤਾਂ ਕਰਨਾ ਹੀ ਪੈਣਾ। ਗੁਰੂ ਨਾਨਕ ਸਾਹਿਬ ਦਾ ਪਹਿਲਾਂ ਹੁਕਮ ਹੀ ਇਹ ਸੀਗਾ ਕਿਰਤ ਕਰੋ, ਫਿਰ ਉਹਨਾਂ ਨੇ ਕਿਹਾ ਨਾਮ ਜਪੋ। ਜਿਵੇਂ ਘਰ ਚੱਲ ਸਕਦਾ ਕਹਿ ਲਓ ਵੀ ਮਾਇਆ ਨਾਲ ਹੀ ਚੱਲਣਾ ਜੀ ਸਾਰਾ ਕੁਛ, ਅਤੇ ਫਿਰ ਕਰਾਂਗੇ ਤਾਂ ਹੀ ਕਰਾਂਗੇ ਜੀ ਸਾਡੇ। ਭੈਣ ਜੀ ਤੁਸੀਂ ਵੀ ਪਹਿਲਾਂ ਵੀ ਇੱਥੇ ਆਇਓ ਕਦੀ ਕਿ ਪਹਿਲੀ ਵਾਰੀ ਆਇਓ? ਨਹੀਂ, ਮੈਂ ਤਾਂ ਪਹਿਲੀ ਵਾਰ ਆਈ। ਤੁਸੀਂ ਪਹਿਲੀ ਵਾਰੀ ਆਇਆ, ਕਿੱਦਾਂ ਦਾ ਲੱਗਿਆ? ਮਤਲਬ ਇੱਕ ਸਿੱਖ ਨੌਜਵਾਨ ਜਦੋਂ ਦੇਖਦੇ ਹੋ ਕਿ ਕੰਮ ਕਰ ਰਿਹਾ ਖਾਣ ਪੀਣ ਦਾ, ਕਿਉਂਕਿ ਪਹਿਲਾਂ ਮਜਬੂਰੀਆਂ ਸੀ ਲੋਕੀ ਰੇਹੜੀਆਂ 'ਤੇ, ਮਜਬੂਰੀ ਭੁੱਖ ਲੱਗੀ ਤਾਂ ਖਾਣਾ ਵੀ ਪੈਂਦਾ ਸੀ, ਬਾਹਰ ਹੁੰਦੇ ਸੀ, ਹਰ ਟਾਈਮ ਘਰ ਨਹੀਂ ਹੁੰਦੇ ਸੀ, ਅਤੇ ਉਸ ਟਾਈਮ ਮਜਬੂਰੀ ਹੁੰਦੀ ਸੀ ਕਿ ਕਿਤੇ ਰੇਹੜੀਆਂ 'ਤੇ ਖਲੋ ਕੇ ਖਾਣਾ ਪੈਂਦਾ ਸੀ। ਹੁਣ ਸਿੱਖ ਭਰਾ ਜਦੋਂ ਨਜ਼ਰ ਆਉਂਦੇ ਨੇ ਤਾਂ ਕਿੰਨਾ ਕੁ ਵਧੀਆ ਲੱਗਦਾ ਕਿ ਚਲੋ ਸਾਫ਼ ਸੁਥਰਾ ਮਿਲੇਗਾ, ਵਧੀਆ ਮਿਲੇਗਾ? ਵਧੀਆ ਲੱਗਦਾ ਹੈ। ਅਸੀਂ ਵੈਸੇ ਹੀ ਨਹੀਂ ਖਾਂਦੇ ਬਾਹਰੋਂ, ਮਤਲਬ ਕਿ ਬਾਹਰ ਜਿਹੜੇ ਰੇਹੜੀਆਂ ਤੋਂ, ਅਤੇ ਕਿਤੇ ਸਾਨੂੰ ਅਸੀਂ ਆਪ ਦੇਖਦੇ ਹਾਂ ਕਿ ਕਿਤੇ ਸਹੀ ਕੋਈ ਸਿੰਘ ਕੋਈ ਬਣਾਉਂਦਾ ਹੋਵੇ ਤਾਂ ਅਸੀਂ ਉੱਥੋਂ ਛਕੀਏ। ਲੱਗਦਾ ਫਿਰ ਉੱਥੇ ਘਰ ਵਰਗੀ ਚੀਜ਼ ਮਿਲੇਗੀ? ਹਾਂਜੀ ਹਾਂਜੀ, ਸਾਫ਼ ਸੁਥਰੀ ਅਤੇ, ਹਾਂਜੀ ਸਾਫ਼ ਸੁਥਰੀ ਅਤੇ ਘਰ ਵਾਲੀ ਚੀਜ਼ ਮਿਲੇਗੀ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਇੱਧਰ ਜਿਹੜਾ ਪਰਿਵਾਰ ਦੇ ਨਾਲ ਇਹ ਆਏ ਨੇ, ਕਿਉਂਕਿ ਇੱਕ ਸਿੱਖ ਵੀਰ ਹੈ, ਉਹ ਕਹਿ ਰਹੇ ਨੇ ਕਿ ਅਸੀਂ ਪਹਿਲਾਂ ਰੇਹੜੀਆਂ 'ਤੇ ਜਿਹੜੇ ਖਾਂਦੇ ਪੀਂਦੇ ਨਹੀਂ ਸੀ ਕਿਉਂਕਿ ਉਹ ਸਾਫ਼ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਸੀ, ਲੇਕਿਨ ਜਿੱਥੇ ਸਿੱਖ ਵੀਰ ਹੋਏਗਾ ਉੱਥੇ ਤੰਬਾਕੂ ਬੀੜੀ ਜਿਹੜਾ ਨਾ ਤਾਂ ਹੱਥਾਂ ਨਾਲ ਲੱਗੇ ਹੋਏ। ਉਹ ਕਹਿੰਦੇ ਕਿ ਜਿਹੜੇ ਬਾਹਰੋਂ ਆਉਂਦੇ ਯੂਪੀ ਬਿਹਾਰ ਵਾਲੇ ਰੇਹੜੀਆਂ ਲਗਾਉਂਦੇ ਨੇ, ਉਹ ਉਸੇ ਹੱਥ ਨਾਲ ਬੀੜੀ ਸਿਗਰਟ ਪੀਂਦੇ ਨੇ, ਤੰਬਾਕੂ ਖਾਂਦੇ ਨੇ, ਅਤੇ ਉਸ ਨਾਲ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਉਹ ਵਰਤਾ ਦਿੰਦੇ ਨੇ, ਲੇਕਿਨ ਜਿੱਥੇ ਸਿੱਖ ਵੀਰ ਖੜਾ ਹੋਏਗਾ ਉੱਥੇ ਇਹ ਚੀਜ਼ ਦੀ ਜੋ ਹੈ ਕਾਫੀ ਮਤਲਬ ਹੀ ਨਹੀਂ ਕਿ ਇਹ ਚੀਜ਼ ਜਿਹੜਾ ਉੱਥੇ ਮਿਲੇਗੀ, ਅਤੇ ਸਾਫ਼ ਸਫਾਈ ਅਤੇ ਵਧੀਆ ਖਾਣਾ ਪੀਣਾ ਜਿਹੜਾ ਨਸੀਬ ਹੋਏਗਾ ਮਿਲੇਗਾ। ਨੌਜਵਾਨ ਨੇ, ਪੰਜਾਬ ਦੇ ਪੰਜਾਬੀ ਨੌਜਵਾਨ, ਪੰਜਾਬੀਆਂ ਨੂੰ ਚਾਹੀਦਾ ਹੈ ਕਿ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਨੇ, ਖਾਸ ਤੌਰ 'ਤੇ ਜਿਹੜੇ ਸਾਡੇ ਪੰਜਾਬੀ ਭਰਾ ਨੇ, ਉਹਨਾਂ ਨੂੰ ਸਪੋਰਟ ਵੀ ਜ਼ਰੂਰ ਕਰੋ, ਇਸ ਵੀਡੀਓ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਤਾਂ ਕਿ ਜਿਹੜੇ ਹੋਰ ਨੌਜਵਾਨ ਨੇ ਉਹ ਵੀ ਕੁਛ ਇਸ ਚੀਜ਼ ਤੋਂ ਸਿੱਖ ਸਕਣ ਕਿ ਕਿਸ ਤਰ੍ਹਾਂ ਜਿਹੜੇ ਲੋਕ ਬਾਹਰ ਜਾ ਰਹੇ ਨੇ ਉਹ ਇੱਥੇ ਰਹਿ ਕੇ ਵੀ ਜੋ ਹੈ ਇਸ ਤਰ੍ਹਾਂ ਦੇ ਕੰਮ ਕਰ ਸਕਦੇ। ਵੀਰੇ ਗੱਲ ਕਰੀਏ, ਤੁਸੀਂ ਪੜ੍ਹੇ ਲਿਖੇ ਵੀ ਹੋ ਅਤੇ ਪੜ੍ਹਾਈ ਵੀ ਚੰਗੀ ਕੀਤੀ ਹੈ, ਫਿਰ ਵੀ ਸੜਕ 'ਤੇ ਖਲੋ ਕੇ ਕੰਮ ਕਰ ਰਹੇ ਹੋ, ਅਤੇ ਜਿਹੜੇ ਸਾਡੇ ਪੰਜਾਬੀ ਨੌਜਵਾਨ ਨੇ ਖਾਸ ਤੌਰ 'ਤੇ ਹੁਣ ਤਾਂ ਚਲੋ ਮੰਨਿਆ ਕਿ ਥੋੜ੍ਹਾ ਜਿਹਾ ਅੱਗੇ ਆਉਣ ਲੱਗ ਪਏ ਨੇ, ਅਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹ ਕਈ ਸ਼ਰਮ ਕਰਦੇ ਨੇ, ਹੁਣ ਵੀ ਸ਼ਰਮ ਕਰਦੇ ਨੇ ਕਿ ਨਹੀਂ ਬਈ ਮੈਂ ਸੜਕ 'ਤੇ ਖਲੋ ਕੇ ਪੜ੍ਹਿਆ ਲਿਖਿਆ ਕੰਮ ਨਹੀਂ ਕਰ ਸਕਦਾ? ਦੇਖੋ ਜੀ, ਕੰਮ ਕਰਨ 'ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ। ਆਪਾਂ ਦੇਖੋ ਚੋਰੀ ਨਹੀਂ ਕਰ ਰਹੇ ਜੀ, ਨਸ਼ਾ ਨਹੀਂ ਵੇਚ ਰਹੇ ਜੀ, ਆਪਾਂ ਮਿਹਨਤ ਕਰ ਰਹੇ ਹਾਂ ਜੀ, ਮਿਹਨਤ ਕਰਕੇ ਆਪਾਂ ਆਪਣੀ ਰੋਟੀ ਖਾਣੀ ਹੈ ਅਤੇ ਆਪਣਾ ਘਰ ਚਲਾਉਣਾ ਜੀ, ਅਤੇ ਇਹ 'ਚ ਕੋਈ ਸ਼ਰਮ ਦੀ ਗੱਲ ਨਹੀਂ ਹੈਗੀ ਜੀ। ਇੱਕ ਵੱਖਰੀ ਚੀਜ਼ ਤੁਸੀਂ ਪੇਸ਼ ਕਰ ਰਹੇ ਹੋ, ਇੱਕ ਨਵਾਂ ਸਵਾਦ ਪੇਸ਼ ਕਰ ਰਹੇ ਹੋ, ਗ੍ਰਾਹਕ ਵੀ ਤੁਹਾਡੇ ਨਾਲ ਜੁੜ ਰਹੇ ਨੇ, ਅਤੇ ਨੌਜਵਾਨਾਂ ਜਿਹੜੇ ਨੇ ਉਹਨਾਂ ਨੂੰ ਵੀ ਤੁਸੀਂ ਕਹਿਣਾ ਚਾਹੋਗੇ ਕਿ ਬਾਈ ਤੁਸੀਂ ਵੀ ਕੰਮ ਸ਼ੁਰੂ ਕਰੋ, ਕੁਛ ਵੱਖਰਾ ਕਰੋ ਖਾਸ ਤੌਰ 'ਤੇ, ਕਿਉਂਕਿ ਆਮ ਤੌਰ 'ਤੇ ਜਿਹੜੇ ਕੁਲਚੇ ਛੋਲੇ ਉਹ ਤਾਂ ਸਾਰੇ ਵੇਚੀ ਜਾਂਦੇ ਨੇ ਜੀ, ਜੀ ਜਿਹੜੇ ਯੂਪੀ ਬਾਜ਼ਾਰ ਤੋਂ ਆਏ ਨੇ ਉਹ ਵੀ ਵੇਚ ਰਹੇ ਨੇ, ਪੰਜਾਬੀ ਵੀ ਕਈ ਹੁਣ ਲੱਗ ਗਏ ਨੇ, ਲੇਕਿਨ ਕੁਛ ਵੱਖਰਾ ਕਰੋ ਜਿਸ ਨਾਲ ਆਪਣੀ ਇੱਕ ਪਹਿਚਾਣ ਵੀ ਬਣੇ। ਹਾਂਜੀ ਜੀ, ਦੇਖੋ ਪਤਾ ਕੀ ਚੱਕਰ ਹੈ ਵੀਰ ਜੀ, ਗੱਲ ਇੱਦਾਂ ਜੀ, ਅਸੀਂ ਯੂਪੀ ਬਿਹਾਰ ਬੰਦੇ ਦੀ ਮਿਹਨਤੀ ਬਹੁਤ ਨੇ ਜੀ, ਬਟ ਉਹਨਾਂ ਦੇ ਇੱਕੋ ਗੱਲ ਦੀ ਘਾਟ ਰਹਿੰਦੀ ਹੈ ਜੀ ਕਿ ਉਹ ਸਾਫ਼ ਸਫਾਈ ਸਾਨੂੰ ਚੀਜ਼ ਨਹੀਂ ਦੇ ਪਾਉਂਦੇ, ਉਹਨਾਂ ਦੇ ਗੰਦੇ ਮੰਦੇ ਹੱਥ ਸਭ ਕੁਛ ਵਿੱਚ ਚੱਲੀ ਜਾ ਰਿਹਾ ਜੀ। ਪੰਜਾਬੀ ਸੋ ਆਪਣਾ ਬੰਦਾ ਜੀ, ਜਿੱਦਾਂ ਅਸੀਂ ਆਪ ਘਰ ਖਾਂਦੇ ਪੰਜਾਬੀ ਬੰਦਾ ਦਿੰਦਾ ਵੀ ਅੱਗੋਂ ਇਹੋ ਜਿਹਾ ਹੀ ਹੈ ਜੀ। ਸੋ ਬੇਨਤੀ ਮੇਰੀ ਸਾਰੇ ਭਰਾਵਾਂ ਨੂੰ ਇਹੀ ਹੈ, ਦੇਖੋ ਛੋਟਾ ਮੋਟਾ ਕੰਮ ਕਰਨ 'ਚ ਕੋਈ ਗਰੇਜ਼ ਨਹੀਂ ਹੋਣਾ ਚਾਹੀਦਾ ਜੀ, ਕੰਮ ਆਪਾਂ ਬਾਹਰ ਜਾ ਕੇ ਵੀ ਕਰਨਾ ਜੀ, ਇੱਥੇ ਵੀ ਕਰ ਸਕਦੇ ਹਾਂ ਜੀ। ਆਪਾਂ ਸਗੋਂ ਮਿੱਟੀ ਵਧੀਆ ਚੀਜ਼ ਸਾਫ਼ ਸੁਥਰੀ ਚੀਜ਼ ਦੇਵਾਂਗੇ ਤਾਂ ਉਹਨਾਂ ਨੂੰ ਖੁਸ਼ੀ ਮਿਲੂਗੀ, ਹਰ ਬੰਦਾ ਭੱਜ ਕੇ ਆਏਗਾ ਜੀ, ਖਾਣ ਆਏਗਾ ਜੀ। ਬਿਲਕੁਲ, ਇਹ ਸਨ ਸਾਡੇ ਨਾਲ ਵੀਰ ਜਿਨ੍ਹਾਂ ਵੱਲੋਂ ਇਹ ਕਾਰਟ ਇੱਥੇ ਜੋ ਹੈ ਲਗਾਈ ਗਈ ਹੈ ਮਾਡਲ ਟਾਊਨ ਦੇ ਵਿੱਚ, ਅਤੇ ਅੱਛਾ ਰਿਸਪੋਂਸ ਵੀ ਮਿਲ ਰਿਹਾ ਹੈ, ਖਾਸ ਤੌਰ 'ਤੇ ਜਿਹੜੇ ਪੰਜਾਬੀ ਹੈ ਉਹ
ਜ਼ਰੂਰ ਇੱਥੇ ਪਹੁੰਚ ਰਹੇ ਨੇ ਕਿਉਂਕਿ ਪੰਜਾਬੀਆਂ ਨੂੰ ਹੁਣ ਪਤਾ ਲੱਗ ਗਿਆ ਕਿ ਜਿਹੜੇ ਪੰਜਾਬੀ ਵੀਰ ਜਿਹੜੇ ਸਾਫ਼ ਸੁਥਰਾ ਖਾਣ ਪੀਣ ਦਾ ਸਮਾਨ ਵੇਚਦੇ ਨੇ ਉਹ ਜਿਹੜੇ ਵਧੀਆ ਤਰੀਕੇ ਨਾਲ ਵੇਚਦੇ ਨੇ ਅਤੇ ਉਹ ਨਾਲ ਸਿਹਤ ਵੀ ਜੋ ਹੈ ਚੰਗੀ ਰਹਿੰਦੀ ਹੈ। ਜਿਹੜੇ ਇੱਧਰ ਉੱਧਰ ਖਾਂਦੇ ਨੇ ਜਿਹੜੇ ਰੇਹੜੀਆਂ ਕਈ ਜਗ੍ਹਾ ਇਹੋ ਜਿਹੇ ਲੱਗੇ ਹੁੰਦੇ ਕਿ ਖਿਲਾਉਣ ਦਾ ਵੀ ਦਿਲ ਨਹੀਂ ਕਰਦਾ, ਲੇਕਿਨ ਮਜਬੂਰੀ ਵਿੱਚ ਪਹਿਲਾਂ ਲੋਕ ਉੱਥੇ ਖਾਂਦੇ ਸੀ, ਹੁਣ ਵੀ ਖਾਂਦੇ ਨੇ, ਲੇਕਿਨ ਜਿਹੜੇ ਹੁਣ ਪੰਜਾਬੀ ਵੀਰ ਨੇ ਜਿਹੜੇ ਨੇ ਉਹ ਅੱਗੇ ਆਉਣ ਲੱਗ ਗਏ ਨੇ, ਭੈਣਾਂ ਵੀ ਅੱਗੇ ਆਉਣ ਲੱਗ ਗਏ ਨੇ, ਉਹਨਾਂ ਵੱਲੋਂ ਵੀ ਖਾਣ ਪੀਣ ਦਾ ਸਮਾਨ ਜਿਹੜਾ ਸੜਕਾਂ 'ਤੇ ਖਲੋ ਕੇ ਜਿਹੜਾ ਵੇਚਿਆ ਜਾ ਰਿਹਾ ਅਤੇ ਇੱਕ ਪੰਜਾਬ ਦੇ ਵਿੱਚ ਥੋੜ੍ਹਾ ਜਿਹਾ ਬਦਲਾਅ ਜ਼ਰੂਰ ਨਜ਼ਰ ਆ ਰਿਹਾ। ਅਤੇ ਜਿਹੜੇ ਲੋਕ ਨੌਜਵਾਨ ਬਹਾਨਾ ਬਣਾ ਕੇ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈ ਜਾਂ ਬਾਹਰ ਜਾਣ ਦਾ ਦਬਾਅ ਬਣਾਉਂਦੇ ਨੇ ਆਪਣੇ ਪਰਿਵਾਰਾਂ 'ਤੇ, ਅਤੇ ਉਹਨਾਂ ਦਾ ਲੱਖਾਂ ਕਰੋੜਾਂ ਰੁਪਇਆ ਲਵਾ ਕੇ ਬਾਹਰ ਜਾ ਕੇ ਬਹਿ ਜਾਂਦੇ ਆ, ਤਾਂ ਉੱਥੇ ਵੀ ਜਾ ਕੇ ਮਜ਼ਦੂਰੀਆਂ ਕਰਦੇ ਨੇ, ਅਤੇ ਇਹ ਵੀਰ ਜਿਹੜੇ ਇਸ ਤਰ੍ਹਾਂ ਦੇ ਵੀਰ ਨੇ ਜਿਹੜਾ ਹੁਣ ਖੁਦ ਕੰਮ ਕਰ ਰਹੇ ਨੇ ਅਤੇ ਲੋਕਾਂ ਨੂੰ ਚੰਗਾ ਖਵਾ ਵੀ ਰਹੇ ਨੇ, ਅਤੇ ਇਹ ਵੀਰ ਲਗਾਤਾਰ ਅੱਗੇ ਵੱਧ ਰਹੇ, ਅਤੇ ਅਸੀਂ ਵੀ ਅਨੁਰੋਧ ਕਰਾਂਗੇ ਜਾਂ ਬੇਨਤੀ ਕਰਾਂਗੇ ਆਪਣੇ ਪੰਜਾਬੀ ਵੀਰਾਂ ਨੂੰ ਕਿ ਇਸ ਤਰ੍ਹਾਂ ਦੇ ਜਿਹੜੇ ਵੀਰ ਨੇ ਜਿਨ੍ਹਾਂ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਉਹਨਾਂ ਦਾ ਹੌਸਲਾ ਵਧਾਉਣ, ਉਹਨਾਂ ਦੇ ਕੋਲ ਆ ਕੇ ਖਾਣ ਪੀਣ ਦੀਆਂ ਚੀਜ਼ਾਂ ਖਰੀਦਣ ਤਾਂ ਕਿ ਉਹਨਾਂ ਦੀ ਆਰਥਿਕ ਹਾਲਤ ਵੀ ਜੋ ਹੈ ਚੰਗੀ ਹੋ ਸਕੇ ਅਤੇ ਜਿਹੜਾ ਉਹ ਕੰਮ ਵੀ ਆਪਣਾ ਅੱਗੇ ਵਧਾ ਸਕਣ। ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਜ ਸੁਰਕਾਪ ਅਤੇ ਰਹਿਮਨ ਟੀਵੀ ਲੁਧਿਆਣਾ।